ਚਾਹੋ ਤਾਂ ਮੈਂ ਪਾਇਨ ਬੜੇ ਜ਼ਬਰਦਸਤ ਚਾਹੋ ਹਾਂ ਜੀ
ਇਹਦੇ ਦੋ ਛੇ ਖਰੀਆਂ ਨੇ ਚਾਵਲ ਤੇ ਕਸੀਮ ਨਾਲ ਦੋ ਛੇ ਖਰੀਆਂ ਨੇ ਚਾਪੋਲੇ ਕੇ ਸੀ ਅੱਲਾ ਖੈਰ ਜੀ ਖਾਨ ਕੋ ਕਿਨ ¿Tu nombre es por ahí nada? Nombre es Lexo. Ah, la nombre es Lexo. Va a machado y me voy a hacer esta. ¿Qué es lo que pasa? 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 ¿Qué es lo ਹਾਂ ਨਾ ਇਧਰ ਪੜਾ ਨੂੰ ਦੇਖੋ ਹਾਂ ਨਾ ਇਹਦੇ ਖਰੀ ਸ਼ਹਿਰ ਕਿਉਂ ਸ਼ਫਾ ਆਓ ਜੀ ਆਓ ਕਰੋ ਜੀ ਅੰਜੋ ਤੁਬੀ ਗਏ ਅੰਜੋ ਕਾ ਬਾਬੂ ਕਿਹਦੇ ਰਹੇ ਬਾਬੂ ਦਾ ਗਾਂਡੋ ਬੈਠਿਆ ਨਾ ਬਾਬੂ ਕਿਹਦੇ ਕਿਉਂ ਬਾਬੂ ਬਾਬੂ ਮੈਂ ਦੇਖ ਕੇ ਨਾ ਆਉਂ ਬਾਬੂ ਕੀ ਆ ਰਹੇ ਕੀ ਆ ਰਹੇ ਤੇਰਾ ਵਾਲਾ ਸਲਾਮ ਖਾਇਓ ਆਪਣਾ ਘਰ ਸਮੋਈਏ ਠੀਕ ਹੈ ਨਾ ਹਾਂ ਬਿਲਕੁਲ ਚਲ ਓਏ ਕਿਆ ਕਰੂੰ ਤੁਸੀਂ ਕਰੋ ਮੈਂ ਦੋ ਦੱਸ ਥੋੜੀ ਦੂਰ ਆ ਅਖੇ ਨਜ਼ੋ ਕਮਜ਼ੋਰ ਹੈ ਨਾ ਲਾਲਾ ਨਜ਼ੋ ਕਮਜ਼ੋਰ ਹੈ ਨਾ ਅਖੇ ਨਜ਼ੋ ਕਮਜ਼ੋਰ ਹੈ ਨਾ ਹਾਂ ਪਾਲ ਕਰਾਂ ਕੋਈ ਆਫਤ ਨਹੀਂ ਆਈ ਤੇ ਮੇਰੇ ਕੋਲ ਜੇ ਅਖੇ ਨਜ਼ੋ ਕਮਜ਼ੋਰ ਹੋ ਚਾਹ ਯਾਰ ਅੱਜ ਤਾਂ ਤੁਸੀਂ ਕੀ ਕਿਹਾ ਕਬਾਲ ਮੈਂ ਕਹਿੰਦਾ ਕਬਾਲ ਤੇ ਪਲਾਉ ਕਰਦਾ ਜ਼ਬਰਦਸਤ ਡਾਕ ਪਾਣੀ ਪਾਣੀ ਤੂੰ 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 ਕਰੋ ਤੂੰ ਕਰੋ ਤੂੰ ਤੂੰ ਕਰੋ ਇਧਰ ਆ ਮੈਂ ਨਾ ਨਾ ਸੇ ਉਹ ਪਰੇ ਪਾਈ ਨਹੀਂ ਬੜੀ ਪੁਰਾਣੀ ਫਿਲਮ ਲੈ ਜਾਓ ਇਹ ਕੌਣ ਹੈ ਉਹ ਤੁਹਾਨੂੰ ਜਾਣਵੇ ਬੇ ਫਰਲੀ ਬਾਲ ਪਾਲ ਕੇ ਦੇਖੋ ਨਾ ਕਿਤੀ ਗੜੀ ਗੜੀ ਮਾਸ਼ਾਅੱਲਾ ਇਸ ਪਿੱਛੇ ਪਿੱਛੇ ਖਲਦੀਆਂ ਗੜੀਆਂ ਸਾਰੀਆਂ ਅੱਛਾ ਇਹ ਆਈ ਪਾਟ ਉਸ ਖਾਨ ਮੇਰਾ ਘਰ ਹੈ ਉਹਦੇ ਡੇਰਾ ਮਲੋਕਨ ਸਾਹਿਬ ਸਾਹਿਬ ਦਾ ਨਾ ਇਹਦੇ ਉਹ ਅਬਦੁਲ ਗਫਾਰ ਸਾਹਿਬ ਜਾਂ ਉਹਨਾਂ ਦੇ ਸੈਲਗਰ ਹੈ ਬਸ ਯਾਰ ਦੋਸਤ ਕਿਤੇ ਬਸ ਬੈਠਣ ਦਾ ਪਾਣਾ ਹੈ ਮਤਲਬ ਅੱਜ ਹਫ਼ਤੇ ਦੀ ਰਾਤ ਹੈ ਅਤੇ ਉਹ ਮੈਂ ਬੁਲਾਇਆ ਨਾ ਖਾਸ ਮੈਂ ਉਹਦੇ ਹਸਪਤਾਲਾਂ 'ਚ ਹੈ ਤੁਸੀਂ ਮੇਰੀ ਪਿੱਠ ਪਿੱਠ ਪੇ ਦੇਖਦੇ ਹੋ ਉਹ ਵੀ ਤੁਸਾਂ ਮੈਂ ਦੱਸ ਹਸਪਤਾਲਾਂ 'ਚ ਆਵਾਂ ਉਹ ਸਾਰੀ ਗੱਲ ਤੁਸਾਂ ਮੈਂ ਸਮਝਾ ਸੰਭਾ ਦੇ ਚੱਲ ਖੈਰ ਕਿ ਦਾਖਲ ਆ ਲਏ ਸਰ ਇੰਜੋਏ ਕਰੋ ਨਾ ਪਾਣੀ 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 ਜੀ ਕਬਾਬ ਕਹਿੰਦਾ ਕਿਸਾ ਕਿਸਾ ਕਿਹਾ ਦੁਬਾਰਾ ਗੱਲ ਕਰਦੇ ਕਿ ਸਾਧੂ ਲੈ ਲਏ ਮੋਬਾਈਲ ਦੱਸੋ ਤੁਸੀਂ ਲਾ ਦਿਓ ਕੱਪੜੇ ਪੱਟਾਂ ਨੂੰ ਝੰਡੇ ਪੱਟਾਂ ਦਿਓ ਬਾਬੇ ਨੇ ਅਲਾ ਨੰਬਰ ਨਹੀਂ ਅਲਾ ਫਿਰ ਸਹੀ ਫਿਰ ਸਹੀ ਅਲਾ ਪੁਰਾਣਾ ਜ਼ਮਾਨਾ ਠੀਕ ਠੀਕ ਹੈ ਹਾਂਜੀ ਕੁਛ ਹੈ ਲੋੜ ਹੋਈ ਨੀ ਤਾਂ ਆਪੇ ਉੱਠ ਕੇ ਕਿੰਨੀਆਂ ਲੈ ਮਤ ਸਮਝੋ ਯਾਰ ਤੁਸਾਂ ਕੋਈ ਆ ਕੇ ਦੇ ਦੇ ਆਪੇ ਕਿੱਥੋਂ ਜ਼ਬਰਦਸਤ ਹੈ ਕਬਾਬ ਥੋੜਾ ਖਾ ਰਿਹਾ ਖਾਨ ਕੈਟਰਿੰਗ ਦਾ ਮਾਲ ਹੈ ਜ਼ਬਰਦਸਤ
ਸੱਤੋ ਸਾਡੀ ਚਾਚੇ ਨੂੰ ਮਿਲ ਗਿਆ ਬਹੁਤ ਵਧੀਆ ਹਾਂ ਚਲੋ ਜੀ ਕੱਪੋ ਛੁਰੀ ਦੀ ਕਿਹੜੀ ਬੜੀ ਕਰਾਓ ਆਓ ਜੀ ਆਓ ਜੀ ਬਜਾਓ ਬਜਾਓ ਬਾਬੂ ਕਿਸ ਨੇ ਦੱਸਿਆ ਸਹੀ ਸਹੀ ਹਾਂ ਖਲ ਕੇ ਕੱਪੇ ਨੱਚ ਕੇ ਕੱਪੇ ਲੇਟ ਕੇ ਕੱਪੇ ਜਿਸ ਮਰਜ਼ੀ ਖਲ ਕੇ ਕੱਪੇ ਬੈਠ ਕੇ ਕੱਪੇ ਲੇਟ ਕੇ ਕੱਪੇ ਨੱਚਦਾ ਨੱਚਦਾ ਕੱਪੇ ਜਿੱਥੇ ਦਿਲ ਆਖਾ ਜਿਸਾ ਮਰਜ਼ੀ ਕੇਕ ਪੁੱਠਾ ਤਾਂ ਕੇਕ ਆਪਣੇ ਦੀਆਂ ਕਰੋ ਜੀ ਚਲੋ ਕੱਪੋ ਜੀ ਪਹਿਲੇ ਸਾਹਿਬ ਆਪਣੇ ਪਾਸੋਂ ਕੱਪੋ ਨਾ ਬਰਥਡੇ ਟੂ ਯੂ ਜੀ ਬਰਥਡੇ ਜੀ ਆਪੇ ਬਰਥਡੇ ਜੀ ਆਪੇ ਮਲੋ ਸਾਹਿਬ ਹਰ ਹਰ ਦਸ ਸਾਲਾਂ ਬਾਅਦ ਇੱਥੇ ਪ੍ਰੋਗਰਾਮ ਕਰ ਕਰੋ ਹਰ ਹਰ ਦਸ ਸਾਲਾਂ ਬਾਅਦ ਦੋ ਟੋਪੀਆਂ ਲੈ ਆਪੇ ਪਲਾਨ ਲੱਗੀ ਸੀ ਪਾਈ ਜੀ ਆ ਚਮੋ ਛੋੜ ਦੇਣਾ ਚਮੋ ਛੋੜ ਦੇ ਹਾਂ ਖਾਓ ਸੀ ਦੇ ਹੋਰਾਂ ਵੀ ਖੁਲਾਣਾ ਨਾ ਹੁਣ ਸਤਰੋਂ ਬਾਅਦ ਸ਼ੂਗਰ ਆਈ ਲੋਹੇ ਕੋਲੇ ਜਾ ਕੇ ਸ਼ੂਗਰ ਆਈਏ ਦੇ ਲੋਹੇ ਸ਼ੀਰਾ ਕਿਉਂ ਅੱਧਾ ਕੇਕ ਖਾ ਕੇ ਲੈ ਲੋ ਸ਼ੀਰਾ ਵੀ ਫੁੱਲ ਚਾਹਤੇ ਅਮਜੋ ਸਾਹਿਬ ਸਾਰਾ ਇੰਤਜ਼ਾਰ ਜ਼ਿਆਦਾ ਨੀ ਅੱਛਾ ਤੇ ਫਿਰ ਮੈਂ ਤੇ ਤੁਹਾਨੂੰ ਨਿਕਾ ਫਿਰ ਮੈਂ ਤੁਹਾਨੂੰ ਬਾਅਦ ਖਾਵਾਂ ਚਲ ਮਲੋ ਸਾਹਿਬ ਤੁਸਾਂ ਮੁਬਾਰਕ ਹੋਏ ਸਾਰੇ ਤੋਂ ਸਾਰਾ ਦੁਆਸਰਾਮ ਚਲੋ ਜੀ ਅੱਲਾ ਫਿਰ ਇਨਸ਼ਾਅੱਲਾ ਆਦੇ ਪਰ ਇਨਸ਼ਾਅੱਲਾ ਫਿਰ ਚਲ ਫਿਰ ਇਨਸ਼ਾਅੱਲਾ ਅੱਲਾ ਨਾ ਕੁਛ ਹੈ ਬਸ ਬੈਨ ਬੰਦ ਬੈਰ ਬੰਦ ਬਸ ਚੰਗੀ ਅੱਲਾ ਫਿਰ ਜਦਾ ਆ ਜੀ ਚਲੋ ਜੀ
ਉੱਥੋਂ ਸਾਹਮਣੇ ਛੋਣੋ ਘਰ ਜਬਰਦਸਤ ਯਾਰ ਤੁਹਾਡੇ ਮਾਸ਼ਾਅੱਲਾ ਅੱਛਾ ਹੁਣ ਤੁਸੀਂ ਬਹੁਤ ਜ਼ਿਆਦਾ ਪ੍ਰੋਗਰਾਮ ਹੋ ਗਿਆ ਮਤਲਬ ਇਹ ਲਾਜ਼ਮੀ ਨੇ ਕਿ ਕੋਈ ਬਰਥਡੇ ਜਾਂ ਇਹ ਇੰਜੋਏਮੈਂਟ ਉਹ ਬਹਿੰਦੇ ਨੇ ਯਾਰ ਦੋਸਤ ਆਪੇ 'ਚ ਅਤੇ ਮਾਂ ਸੁਬਹਾ ਆਖਿਆ ਨੇ ਲੇਕਿਨ ਸਾਡੇ ਕੋਈ ਮਜਬੂਰੀ ਹੈ ਕਿ ਅਸੀਂ ਚਲੇ ਗਏ ਡਿਊਗਾਂ ਸਾਂ ਜਰਮਾਂ ਅਤੇ ਉਹਦੇ ਮਤਲਬ ਸਾਹਿਬ ਮੈਂ ਕਿਹਾ ਸੁਬਹਾ ਆਖਿਆ ਵੀ ਆਏ ਬੇਚਾਰੇ ਫਿਰ ਮੈਂ ਜੈਸੀ ਚਲੇ ਗਿਆ ਫਿਰ ਉਹਨਾਂ ਨੂੰ ਆਖਿਆ ਉਦੋਂ ਮੈਂ ਆਪਣੇ ਫੈਮਲੀਆਂ ਤੋਂ ਛੋੜ ਕੇ ਮੈਂ ਅਤੇ ਅਮਜੋਤ ਅਸਦ ਅਸੀਂ ਦੂਜੀ ਗੱਡੀ ਕਰਕੇ ਆ ਰਹੇ ਹਾਂ ਲਾ ਤੱਕ ਫੈਮਲੀ ਸਾਡੀ ਨਹੀਂ ਆਈਆਂ ਅਸਾਂ ਆ ਕੇ ਇਹਦੇ ਪ੍ਰੋਗਰਾਮ ਕੀਤਾ ਬਰਥਡੇ ਦਾ ਅਤੇ ਅਮਜੋਤ ਸਾਹਿਬ ਕਾਰ ਖਾਲੀ ਇਸ ਲੈ ਕੇ ਉਹ ਬੱਚੇ ਸਾਡੇ ਆਏ ਨੇ ਬੱਚੇ ਅਸੀਂ ਉਦੋਂ ਹੀ ਛੋੜ ਆਇਆ ਅਤੇ ਉਹ ਪੀਨੇ ਸਾ ਵੀ ਚਾਸ਼ਾ ਕਿਉਂ ਅਮਜੋਤ ਸਾਹਿਬ ਅੱਛਾ ਦੂਜੀ ਸਭ ਤੋਂ ਅਹਿਮ ਗੱਲ ਹੈ ਉਹ ਇਹ ਵੇ ਕਿ ਇਸ ਸੂਟ ਮੇਰਾ ਪਿਛਲਾ ਵੀ ਵਿਲਾਗ ਇਸੀ 'ਚ ਚਲਾ ਅਤੇ ਇਹ ਵਿਲਾਗ ਵੀ ਇਸੀ ਚਲਾ ਕਿਉਂ ਇਸ ਦੌਰਾਨ ਮੈਂ ਕਰਿਆ ਆਏ ਨਹੀਂ ਮੈਂ ਇਹਨਾਂ ਆਖਿਆ ਮੈਂ ਸ਼ਾਮੀ 7:30 ਵਜੇ ਪਹੁੰਚਾਂ ਮੈਂ ਤਕਰੀਬਨ ਅਸੀਂ ਮੈਂ ਤਾਂ ਅਮਜੋਤ ਪਹੁੰਚੇ 7:40 ਤੋਂ ਬਾਅਦ ਦੁਪਹਿਰ ਮੈਨੂੰ ਹੋਰ ਵੀ ਲੇਟ ਹੋ ਗਿਆ ਇਸ ਵਜ੍ਹਾ ਨਾਲ ਅਸਾਂ ਕੱਪੜੇ ਬਦਲਾ ਨਹੀਂ ਆ ਕੇ ਇਹਨੇ ਕੱਪੜਿਆਂ 'ਚ ਆ ਰਹੇ ਹਾਂ ਇਹਨੇ ਕੱਪੜਿਆਂ 'ਚ ਪਿਛਲੀ ਜੋ ਵੀਡੀਓ ਵੀ ਬਣੀ ਉਹ ਤੁਸੀਂ ਵੀ ਦੇਖਦੇ ਹੋ ਅਤੇ ਇਸ ਵਾਰ ਇਗਨੋਰ ਕਰੀਏ ਕਾਫੀ ਸ਼ਬਦ ਖੈਰ ਸੀ ਅਹਿਮੀਅਤ ਦੀ ਤੁਸੀਂ ਬਦੀ ਦੀ ਅਹਿਮੀਅਤ ਤੁਹਾਡੀ ਬਾਬੋ ਤੇ ਅਤੇ ਅੱਲਾ ਬਾ ਖੁਸ਼ ਰੱਖੇ ਨੇ ਸਾਡੇ ਵੀ ਦੁਆ ਕਰੋ ਸਾਡੇ ਵੀ ਥੋੜ੍ਹੇ ਜਿਹੇ ਮਸਲੇ ਬਣੇ ਆ ਕੋਈ ਦੁੱਖ ਬਿਮਾਰੀਆਂ ਦੇ ਫਿਰ ਤੁਸੀਂ ਇਨਸ਼ਾਅੱਲਾ ਕਿਸੇ ਵੀਡੀਓ ਦਾ ਸਾਲਸਾ ਫਿਲਹਾਲ ਨਹੀਂ ਫਿਲਹਾਲ ਬਰਥਡੇ ਲਈ ਚਾਚੇ ਮਲਕ ਅਬਦੁਲ ਗਫਾਰ ਸਾਹਿਬ ਆਉਣਾ ਬਹੁਤ 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 ਮੁਬਾਰਕ ਹੋ ਅੱਲਾ ਪਾ ਉਹਨਾਂ ਸਿਹਤ ਸਲਾਮਦੀ ਦੇਵੇ ਬੱਚਿਆਂ ਖੁਸ਼ੀਆਂ ਦਸਾਲੇ ਨੇ ਮਤਲਬ ਉੱਥੇ ਯਾਦ ਉਸ ਕਿਤੇ ਚੰਗੇ ਜਿਹਨਾਂ ਨੇ ਇਸ ਉਮਰੀ 7 ਸਾਲ ਦੀ ਉਮਰੀ 'ਚ ਉਹਨਾਂ ਦੀ ਬਰਥਡੇ ਪਾਰਟੀ ਕੀਤੀ ਮੈਂ ਆਖਿਆ ਸਭ ਤੋਂ ਬਜ਼ੁਰਗ ਆਦਮੀ ਸਾਡੇ ਆਪਣਿਆਂ 'ਚੋਂ ਇਹ ਇੰਜਣ ਦੀ ਬਰਥਡੇ ਪਾਰਟੀ ਹੋਈ ਕਿਉਂਕਿ ਸਿਰਫ ਮੁਹੱਬਤ ਦੀ ਵਜ੍ਹਾ ਨਾਲ ਅਤੇ ਸਾਰਿਆਂ ਦੁਆ ਕਰੀਓ ਸਾਰੇ ਵੀ ਦੁਆ ਕਰੀਓ ਤੁਸੀਂ ਸਾਰੇ ਖੁਸ਼ ਰਹੋ ਅੱਲਾ ਪਾਕ ਤੁਸੀਂ ਸਾਰਾ ਖੁਸ਼ ਰੱਖੇ ਅਤੇ ਤੁਹਾਡੇ ਮੁਲਾਕਾਤ ਦੀ ਅਗਲੇ ਵੀ ਲਾਗ ਉਸ ਵੇਲੇ ਦਾ ਅੱਲਾ ਹਾਫਿਜ਼ ਠੀਕ ਹੈ ਜੀ ਅਮਜੋ ਸਾਹਿਬ ਚਲੋ ਤੁਸੀਂ ਰੱਖੋ ਫਿਰ ਸਾਵੀ ਚਾਹ ਸਾਵੀ ਚਾਹ ਰੱਖੋ ਅਸੀਂ ਸਾਵੀ ਚਾਹ ਪੀਂਦੇ ਹਾਂ ਅੱਛਾ ਚਲੋ ਮੁੰਨਾ ਕਹਿ ਜਾ ਕੇ ਲਾਈਕ ਕਰੇ ਲਾਈਕ ਕਰੇ ਸਬਸਕ੍ਰਾਈਬ ਕਰੇ ਸਬਸਕ੍ਰਾਈਬ ਕਰੇ।